ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸਪੋਰਟਸ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚੇ, ਜਿੱਥੇ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਅੰਦਰ ਅਕਾਲੀ ਦਲ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ। ਢੀਂਡਸਾ ਨੂੰ ਲੋਕ ਸਭਾ ਚੋਣਾਂ 'ਚ ਵੱਡੀ ਲੀਡ 'ਤੇ ਹਰਾਉਣ ਵਾਲੇ ਭਗਵੰਤ ਮਾਨ ਨੇ ਪਿਛਲੇ ਦਿਨੀ ਚੈਲੰਜ ਕੀਤਾ ਸੀ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਚੋਣ ਲੜਨਾ ਚਾਹੁੰਦੇ ਨੇ। ਢੀਂਡਸਾ ਨੇ ਮਾਨ ਦਾ ਇਹ ਚੈਲੰਜ ਕਬੂਲ ਕਰਦੇ ਹੋਏ ਮਾਨ ਨੂੰ ਮੈਦਾਨ 'ਚ ਆਉਣ ਦੀ ਗੱਲ ਆਖੀ। ਰਾਜ ਸਭਾ ਮੈਂਬਰ ਢੀਂਡਸਾ ਨੇ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਗੱਠਜੋੜ 70 ਤੋਂ 80 ਸੀਟਾਂ 2017 ਵਿਧਾਨ ਸਭਾ ਚੋਣਾਂ 'ਚ ਜਿੱਤੇਗਾ। ਅਕਾਲੀ ਦਲ ਪੂਰੇ ਸ਼ਾਨ ਨਾਲ ਜਿੱਤੇਗਾ ਅਤੇ ਜਿਹੜੇ ਬਾਕੀ ਨੇ ਇਹਨਾਂ ਨੂੰ ਇਹਨਾਂ ਦੇ ਸੁਪਨੇ ਹੀ ਰਹਿ ਜਾਣਗੇ। ਇਹ ਹੁਣ ਆਪੋਜੀਸ਼ਨ ਨੇ ਤਾਂ ਕੁਛ ਕਹਿਣਾ ਹੀ ਆ, ਉਹ 'ਤੇ ਕੀ ਅਸੀਂ ਕਮੈਂਟ ਕਰਨਾ? ਜਿਹਨੂੰ ਕੋਸ਼ਿਸ਼ ਜਿੰਨੀ ਪੰਜਾਬ ਵੱਲੋਂ ਅਸੀਂ ਕਰ ਰਹੇ ਹਾਂ, ਕੋਈ ਕਰ ਰਹੇ ਹਾਂ ਅੱਜ ਤੱਕ, ਜਿੰਨੀ ਡਿਵੈਲਪਮੈਂਟ ਪੰਜਾਬ ਦੀ ਇਹ ਸਰਕਾਰ ਨੇ ਕੀਤੀ ਹੈ, ਕਦੇ ਪਹਿਲਾਂ ਸੋਚਿਆ ਸੀ ਲੋਕਾਂ ਨੇ? ਅਸੀਂ ਦੋਨੇ ਪਾਰਟੀਆਂ 70 ਤੋਂ 80 ਸੀਟਾਂ ਜਿੱਤਾਂਗੇ। ਲੜ ਲਏ ਉਹਦਾ, ਉਹਨੂੰ ਹੱਕ ਹੈ, ਉਹਨੂੰ ਲੜਨਾ ਲੜ ਲਏ ਅਜੇ ਮੈਦਾਨ 'ਚ।